ਦਾ ਤਾਰੀ ਮੋਰ ਦੀ ਸਵਾਰੀ ਕਰ ਆਈ ਜੋਗਿਆ ਭਗਤ ਚੜਾਈਆਂ ਚੜ ਕੇ ਆਏ ਭਗਤ ਚੜਾਈਆਂ ਚੜ ਕੇ ਆਏ ਸਭ ਨੂੰ ਦਰਸ਼ ਦਿਖਾਈ ਜੋ ਫਾਰ ਨਿਊਜ਼ ਪੇਸ਼ ਕਰ ਰਿਹਾ ਹੈ ਪੰਜਾਬੀ ਖਬਰਾਂ ਹੁਸ਼ਿਆਰਪੁਰ ਵਿਖੇ ਸਿੱਧ ਬਾਬਾ ਪਾਲਕ ਜੀ ਦੇ ਮੰਦਰ ਵਿਖੇ ਤਿੰਨਾਂ ਸਥਾਨਾਂ ਪਟਾਰਾ ਬੜੇ ਸ਼ਰਧਾ ਭਗਤਾਂ ਨੂੰ ਮਨਾਇਆ ਗਿਆ। ਇਸ ਮੌਕੇ 'ਤੇ ਵਿਸ਼ੇਸ਼ ਤੌਰ 'ਤੇ ਪੁੱਜੇ ਸਾਬਕਾ ਮੰਤਰੀ ਇੱਛਾ ਸੂਰ ਮੇਅਰ ਸ਼ਿਵ ਸੂਰ ਨੇ ਝੰਡੇ ਦੀ ਰਸਮ ਅਦਾ ਕੀਤੀ ਅਤੇ ਬਾਬਾ ਪਾਲਕ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ ਅਤੇ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਮੰਦਰ ਦੇ ਮਹੰਤ ਸ਼੍ਰੀ ਰਕੇਸ਼ ਕੁਮਾਰ ਅਤੇ ਅਸ਼ੋਕ ਕੁਮਾਰ ਨੇ ਉਹਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸ਼੍ਰੀ ਸੁਬੀਰ ਵਰਮਾ ਰਾਹੁਲ ਉਦਿਤ ਦੀਕਸ਼ਾ ਆਦਿ ਹਾਜ਼ਰ ਸਨ। ਇਸ ਮੌਕੇ ਮੰਦਰ ਦੀ ਕਾਰਜਕਾਰਨੀ ਕਮੇਟੀ ਸਰਵ ਸ਼੍ਰੀ ਦਵਿੰਦਰ ਬਿੱਦਾ ਸੰਜੀਵ ਦੁਆ ਕ੍ਰਿਸ਼ਨ ਗੋਪਾਲ ਆਨੰਦ ਅਸ਼ਵਨੀ ਛੋਟਾ ਚੇਤਨ ਸੂਤ ਕ੍ਰਿਸ਼ਨ ਗੋਪਾਲ ਮਰਵਾਹਾ ਨਰਿੰਦਰ ਬੱਗਾ ਭਾਰਤ ਭੂਸ਼ਣ ਵਰਮਾ ਆਦਿ ਨੇ ਰਾਜਨੀਤਿਕ ਪੱਤਰਕਾਰਾਂ ਅਤੇ ਸਮਾਜ ਸੇਵੀ ਸੰਸਥਾ ਦੇ ਅਹੁਦੇਦਾਰਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਅਤੇ ਇਸ ਮੌਕੇ ਵਿਸ਼ਾਲ ਪਟਾਰੇ ਦੇ ਮੌਕੇ 'ਤੇ ਅਤੁੱਟ ਲੰਗਰ ਵਰਤਾਇਆ ਗਿਆ।